ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕੋਰੋਨਾ ਵਾਇਰਸ ਦੇ ਚਲਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਇਲਾਵਾ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ। ਕੋਰੋਨਾ ਵਾਇਰਸ ਵਰਗੀ ਖਤਰਨਾਕ ਬਿਮਾਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਸਖ਼ਤ ਹਦਾਇਤਾਂ। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਕੋਰੋਨਾ ਨਾਲ ਨਜਿੱਠਣ ਲਈ ਸਖ਼ਤ ਪ੍ਰਬੰਧ ਕੀਤੇ ਗਏ। ਇਸ ਮੌਕੇ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਖਾਣ ਪੀਣ ਲਈ ਵੀ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ ਉਸ ਲਈ ਘਰ ਘਰ ਦਵਾਈਆਂ ਤੇ ਰਾਸ਼ਨ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੀਟਿੰਗ 'ਚ ADC ਤੇਜਿੰਦਰਪਾਲ ਸਿੰਘ ਸੰਧੂ, SSP ਸਵਰਨਦੀਪ ਸਿੰਘ, SDM ਰਮਨ ਕੋਸ਼ਲ ਅਤੇ ਸਿਵਲ ਸਰਜਨ ਡਾਕਟਰ ਕਿਸ਼ਨ ਚੰਦ ਵੀ ਹਾਜ਼ਰ ਸਨ। ਇੱਕ ਪਾਰਟ ਹੈਗਾ ਫਰੀ ਰਾਸ਼ਨ ਦੇ, ਇੱਕ ਲੋਕਾਂ ਨੂੰ ਮੈਂਬਰ ਅਸੀਂ ਕਰਦੇ ਹਾਂ, ਇੱਕ ਲੋਕਾਂ ਨੇ ਸਾਨੂੰ ਕਰਿਆਨਾ ਜਾਂ ਦਵਾਈਆਂ ਘਰੇ ਭਿਜਵਾ ਦਿਓ, ਇੱਕ ਨੂੰ ਮਿਲਾਵਾ ਉਹਨਾਂ ਦੇ ਕਰਕੇ ਦਵਾਈ ਰਾਸ਼ਨ ਕਰਦੇ ਆ ਜਾਂ ਕੋਈ ਹੋਰ ਪ੍ਰੋਬਲਮ। ਮੈਮ ਇਹ ਕੀ ਕਰਦੇ ਬੈਠੇ ਜਿੰਨੇ ਮੈਸੇਜ ਆ ਰਹੇ ਨੇ, ਇਹ ਮੈਸੇਜ ਆ ਕਿਤੇ ਗਰੁੱਪ ਬਣਾ ਕੇ ਵਟਸਐਪ 'ਤੇ ਉਹਦੇ ਪਾਸਵਰਡ ਕਰੋ, ਦੇਖ ਇਹਦਾ ਇੰਨੇ ਕੰਮ ਜਿਹੜਾ ਵਿਊ ਮੀਟਿੰਗ ਸੀ ਡਿਪਟੀ ਕਮਿਸ਼ਨਰ ਸਾਹਿਬ, ADC ਔਰ ਆਪਣਾ SDM ਸਾਹਿਬ, ਸਿਵਲ ਸਰਜਨ ਸਾਰੇ ਇੱਥੇ ਇਸ ਮੀਟਿੰਗ 'ਚ ਸ਼ਾਮਿਲ ਸੀਗੇ ਔਰ ਜੋ ਇੰਤਜ਼ਾਮ ਸਰਕਾਰ ਵੱਲੋਂ ਕੀਤੇ ਗਏ ਨੇ ਉਹਦੇ ਬਾਰੇ 'ਚ ਰਿਵਿਊ ਮੀਟਿੰਗ ਸੀ ਔਰ ਬਹੁਤ ਅੱਛਾ ਇਹਨਾਂ ਨੇ ਕੰਟਰੋਲ ਰੂਮ ਇੱਥੇ ਬਣਾਇਆ ਗਿਆ ਹੈ ਜਿਹਦੇ ਵਿੱਚ ਹਰ ਮਿੰਟ ਦੇ ਵਿੱਚ ਇਹਨਾਂ ਨੂੰ ਕਿੰਨੀਆਂ ਕਿੰਨੀਆਂ 100 ਤੋਂ ਵੀ ਜ਼ਿਆਦਾ ਰਿਕੁਐਸਟ ਆ ਰਹੀਆਂ ਨੇ। ਮੇਨ ਪ੍ਰੋਬਲਮ ਆ ਰਹੀ ਹੈ ਕਿ ਕਰਫਿਊ ਪਾਸਿਸ ਦੀ, ਇੱਕ ਉਹਨਾਂ ਦੇ ਅਲੱਗ ਇੱਕ ਕਾਊਂਟਰ ਦਾ ਬਣਾਇਆ ਕਿ ਜੇ ਕਿਸੇ ਨੂੰ ਕੋਈ ਬਾਹਰ ਫਸਿਆ ਹੋਇਆ ਔਰ ਉਹਨੇ ਇੱਥੇ ਆਉਣਾ ਚਾਹੁੰਦਾ ਜਾਂ ਉਹਨੂੰ ਕੋਈ ਐਮਰਜੈਂਸੀ ਹੈ, ਡਾਕਟਰ ਕੋਲ ਜਾਣਾ, ਤਾਂ ਉਹਦੇ ਵਾਸਤੇ ਵੀ ਉਹ ਜਿਹੜੇ ਪਾਸਿਸ ਦਿੱਤੇ ਨੇ ਜੋ ਉਹ ਇਸ਼ੂ ਕਰ ਰਹੇ ਨੇ ਕਰਫਿਊ ਪਾਸਿਸ। ਅਗਰ ਕੋਈ ਬਾਹਰ ਕਿਸੇ ਨੇ ਜਾਣਾ ਹੈ, ਜਿਵੇਂ ਅੱਜ ਵੀ ਡਿਮਾਂਡ ਸੀਗੀ ਕਿ ਕੋਈ ਹਰਿਆਣੇ ਤੋਂ 20 ਬੱਚੇ ਆਪਣੇ ਸਟੂਡੈਂਟਸ ਜਿਹੜੇ ਨੇ ਉੱਥੇ ਫਸੇ ਹੋਏ ਆ, ਅਤੇ DC ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਨੇ, ਉਹ ਵਟਸਐਪ 'ਤੇ ਹੀ ਉਹਦੀ ਲੈ ਕੇ ਆਧਾਰ ਕਾਰਡ ਦੀ ਫੋਟੋ ਔਰ ਵਟਸਐਪ 'ਤੇ ਹੀ ਉਹਨੂੰ ਕਰਫਿਊ ਪਾਸ ਜਿਹੜਾ ਹੈ ਉਹ ਰਿਲੀਜ਼ ਕਰ ਦਿੱਤਾ ਜਾਂਦਾ ਤਾਂ ਕਿ ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸੇ ਤਰ੍ਹਾਂ ਹੀ ਅਗਰ ਕੋਈ ਡਾਕਟਰ ਕੋਲ ਕਿਸੇ ਨੇ ਦਿਖਾਉਣਾ ਤਾਂ ਉਹਨੂੰ 1-2 ਘੰਟੇ ਦੀ ਛੂਟ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਬਾਕੀ ਇੱਕ ਹੋਰ ਮੁਸ਼ਕਿਲ ਜਿਹੜੀ ਆ ਰਹੀ ਸੀ ਉਹ ਰਾਸ਼ਨ ਦੀ ਸੀਗੀ ਕਿ ਜਿਹੜੇ ਸਾਡੇ ਮਜ਼ਦੂਰ ਪਿੰਡਾਂ ਦੇ ਵਿੱਚ ਰਹਿਣ ਵਾਲੇ ਨੇ, ਜਿਹੜੇ ਦਿਹਾੜੀਦਾਰ ਮਜ਼ਦੂਰ ਨੇ, ਉਹਨਾਂ ਦੇ ਕੋਲ ਇੰਨਾ ਸਟਾਕ ਨਹੀਂ ਹੁੰਦਾ ਕਿ ਆਪਣੇ ਪਰਿਵਾਰ ਵਾਸਤੇ ਉਹ ਸਮਾਨ ਰਾਸ਼ਨ ਇਕੱਠਾ ਕਰਨ ਕਰਕੇ ਰੱਖਣ। ਸੋ ਉਹਦੇ ਵਾਸਤੇ ਵੀ ਉਹਨਾਂ ਨੇ ਬਹੁਤ ਐਫਰਟ ਕੀਤਾ ਹੈ ਕਿ ਪਿੰਡ 'ਚ ਜਾ ਕੇ ਇੱਕ ਤਾਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਅਗਰ ਕੋਈ ਸਸਤੇ ਰੇਟ ਦੇ ਉੱਤੇ ਰਾਸ਼ਨ ਲੈਣਾ ਚਾਹੁੰਦਾ ਹੈ ਉਹ ਲੈ ਸਕਦਾ, ਬਾਕੀ ਰੋਜ਼ ਦੀਆਂ ਮੇਰੇ ਖਿਆਲ 100 ਦੇ ਕਰੀਬ ਇਹ ਜਿਹੜੇ ਫ੍ਰੀ ਰਾਸ਼ਨ ਨੇ ਇਹ ਵੰਡੇ ਜਾ ਰਹੇ ਨੇ, ਜਿਹਦੇ ਵਿੱਚ ਦਾਲਾਂ ਵੀ ਨੇ ਔਰ ਆਟਾ, ਘਿਓ, ਪੱਤੀ, ਇਹ ਸਾਰਾ ਕੁਝ ਉਹਨਾਂ ਨੂੰ ਦਿੱਤਾ ਜਾ ਰਿਹਾ। ਇਸ ਦੌਰਾਨ ਉਪਰਾਲਾ ਕੀਤਾ ਗਿਆ ਹੈ ਕਿ ਉਹਨਾਂ ਨੇ ਆਪ ਹੀ ਰੈੱਡ ਕ੍ਰੋਸ ਦੇ ਵੱਲੋਂ
ਖੁਦ ਦਵਾਈਆਂ ਖਰੀਦ ਲਈਆਂ ਨੇ ਜਿਹੜੀਆਂ ਕਿ ਉਹਦਾ ਰੇਟ ਜਿਹੜਾ ਆ ਘੱਟ ਰੇਟ ਦੇ ਉੱਤੇ ਜਿਹੜੀਆਂ ਉਹਦੀਆਂ ਓਰੀਜਨਲ ਪ੍ਰਾਈਸਿਸ ਉੱਤੇ ਖਰੀਦੀਆਂ ਨੇ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ 5 ਲੱਖ ਦੀ ਦਵਾਈ ਜਿਹੜੀ ਹੈ ਉਹ 1 ਲੱਖ 'ਚ ਖਰੀਦੀ ਗਈ। ਸੋ ਇਹ ਇੱਕ ਬੜਾ ਚੰਗਾ ਉਪਰਾਲਾ ਕੀਤਾ ਗਿਆ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕੰਮ ਜਿਹੜਾ ਸਾਰੇ ਹੀ ਜਿਹੜੇ ਡਿਸਟ੍ਰਿਕਟ ਹੈੱਡਕੁਆਰਟਰਸ ਨੇ DC ਸਾਹਿਬਾਨ ਨੇ ਉਹਨਾਂ ਨੂੰ ਇਹ ਕਰਨਾ ਚਾਹੀਦਾ ਉਪਰਾਲਾ ਕਿ ਸਸਤੀਆਂ, ਕਿਉਂਕਿ ਇਹ ਬਲੈਕ ਮਾਰਕੀਟਿੰਗ ਨੂੰ ਰੋਕਣ ਵਾਸਤੇ ਇਹ ਬਹੁਤ ਅੱਛਾ ਉਪਰਾਲਾ ਕਿ ਗਰੀਬ ਲੋਕਾਂ ਨੂੰ ਕਈ ਲੋਕ ਜਿਹੜੇ ਨੇ ਉਹ ਲੁੱਟ ਰਹੇ ਨੇ ਕਿ ਇੱਕ ਜਿਹੜੀ ਸਸਤੀ ਦਵਾਈ ਹੈ ਉਹਦੇ ਵੀ 10-20 ਗੁਣਾ ਜ਼ਿਆਦਾ ਰੇਟ 'ਤੇ ਵੇਚ ਰਹੇ ਨੇ। ਸੋ ਇਸ ਤਰ੍ਹਾਂ ਦਾ ਉਪਰਾਲਾ ਜੇ ਕਰਨਗੇ ਤਾਂ ਬਹੁਤ ਸਸਤੀ ਦਵਾਈ ਜਿਹੜੀ ਹੈ ਉਹ ਜਿਹੜੀ ਹੈ ਮਰੀਜ਼ਾਂ ਨੂੰ ਪਹੁੰਚਾਈ ਜਾਏਗੀ, ਲੋਕਾਂ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਸਹੂਲਤ ਮਿਲੇਗੀ। ਨਹੀਂ, ਅਸੀਂ ਬੜੇ ਲੱਕੀ ਹਾਂ, ਖੁਸ਼ਕਿਸਮਤ ਹਾਂ ਕਿ ਸਾਰੀ ਟੀਮ ਜਿਹੜੀ ਹੈ ਇਹਨਾਂ ਦੇ ਐਫਰਟ ਦੇ ਨਾਲ, ਕਿਉਂਕਿ ਜੋ ਵੀ ਕੋਈ ਇਸ ਤਰ੍ਹਾਂ ਦਾ ਕੇਸ ਆਇਆ ਧਿਆਨ ਦੇ ਵਿੱਚ ਉਹਨੂੰ ਨਾਲ ਦੀ ਨਾਲ ਹੀ ਕੁਆਰੰਟਾਈਨ ਕੀਤਾ ਗਿਆ ਔਰ ਹੋਸਪਿਟਲ ਦੇ ਵਿੱਚ ਉਹ ਪਾਇਆ ਗਿਆ, ਹੋਸਪਿਟਲ 'ਚ ਉਹਨੂੰ ਭੇਜਿਆ ਗਿਆ। ਲੇਕਿਨ ਅੱਜ 20 ਦੇ 20 ਕੇਸ ਜਿਹੜੇ ਪਾਏ, ਉਹਨਾਂ ਦੇ ਸੈਂਪਲ ਭੇਜੇ ਗਏ ਸੀ, ਉਹ ਸਾਰੇ ਹੀ ਨੈਗੇਟਿਵ ਆਏ ਨੇ। ਸੋ ਅੱਜ ਤੱਕ ਗੁਰਦਾਸਪੁਰ 'ਚ ਕੋਈ ਵੀ ਪੋਜ਼ਿਟਿਵ ਕੇਸ ਨਹੀਂ। ਨਿਊਜ਼ ਡੈਸਕ ਤੋਂ ਡਾਕਟਰ ਮੇਸ ਰੰਗਲ ਦੀ ਰਿਪੋਰਟ, ਲਿਵਿੰਗ ਪੰਜਾਬ ਨਿਊਜ਼, ਗੁਰਦਾਸਪੁਰ।